हेलो गाइस, वेलकम बैक टू अनदर गेम प्ले वीडियो ऑफ डेज गॉन। ये अपना डेज गॉन द 10th एपिसोड है। पिछले एपिसोड ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਆਪਾਂ ਨੇ ਉਹ ਜਿਹੜਾ ਨੀਰੋ ਰਿਸਰਚਰ ਸੀਗਾ ਉਹ ਬ੍ਰਾਇਨ ਵੀ ਉਹਨੂੰ ਮਿਲਿਆ ਸੀਗਾ। ਉਹਨੇ ਇਹਨੂੰ ਮੈਸੇਜ ਕਰਕੇ ਕਿਹਾ ਸੀਗਾ ਵੀ ਮੈਨੂੰ ਤੇਰੀ ਹੈਲਪ ਦੀ ਲੋੜ ਆ, ਵੀ ਤੂੰ ਮੈਂ ਤੇਰੀ ਵਾਈਫ ਨੂੰ ਲੱਭਣ 'ਚ ਮਦਦ ਕਰੂੰਗਾ, ਵੀ ਤੂੰ ਮੇਰੀ ਇੱਕ ਹੈਲਪ ਕਰ। ਉਹਨੇ ਆਪਾਂ ਨੂੰ ਆਹ ਕੰਮ ਦਿੱਤਾ ਵੀ ਆਪਾਂ ਨੇ ਇੱਕ ਉਹਨੇ ਆਪਾਂ ਨੂੰ ਡਿਵਾਈਸ ਦਿੱਤੀ ਆ, GPS ਡਿਵਾਈਸ ਆ ਵੀ ਉਹ ਹੈਲੀਕਾਪਟਰ 'ਤੇ ਲਾਉਣੀ ਆ, ਬਾਕੀ ਉਹ ਆਪਾਂ ਨੂੰ ਬਾਅਦ ਦੱਸਦਾ ਵੀ ਕੀ ਚੱਕਰ ਆ। ਉਹ ਆਪਾਂ ਨੂੰ ਹੋਰ ਜਗ੍ਹਾ 'ਤੇ ਮਿਲੂਗਾ, ਫਿਰ ਸਾਰੀ ਗੱਲ ਸਮਝਾਊਗਾ। ਕਹਿੰਦਾ ਲੰਬੀ ਸਟੋਰੀ ਆ, ਮੈਂ ਤੈਨੂੰ ਮਿਲ ਕੇ ਦੱਸੂਗਾ ਵੀ ਹੁਣ ਤੂੰ ਬਸ ਇੰਨਾ ਕੁ ਕੰਮ ਕਰ ਦੇ, ਜਿਹੜਾ GPS ਟਰੈਕਰ ਆ ਵੀ ਉਹਨੂੰ ਹੈਲੀਕਾਪਟਰ 'ਤੇ ਲਾ ਦੇ। ਕੱਲ੍ਹ ਆਪਾਂ ਨੇ ਮਿਸ਼ਨ ਪਾਸ ਕੀਤਾ ਸੀ, ਉਹ ਨਾਈਫ ਲਿਆ ਕੇ ਦਿੱਤਾ ਸੀ, ਫਿਰ ਉਹਨੂੰ ਮੈਂ ਉਹਨੂੰ ਫੜਾਇਆ ਆ, ਅਤੇ ਸਿਰਫ ਮੋਟਰਸਾਈਕਲ ਵਾਲੀ ਸੀਗੀ ਉਹ ਮੈਂ ਸਕਿੱਪ ਕਰਤੀ। ਹੁਣ ਆਪਾਂ ਅੱਗੇ ਖੇਡਦੇ ਹਾਂ, ਬਾਕੀ ਦੀ ਸਾਰੀ ਸਟੋਰੀ ਸਮਝਣ ਲਈ ਪਿਛਲੀ ਵੀਡੀਓ ਜ਼ਰੂਰ ਦੇਖ ਲਿਓ, ਤੁਹਾਨੂੰ ਸਾਰੀ ਸਟੋਰੀ ਸਮਝ ਆ ਜਾਊਗੀ। ਅਤੇ ਪਲੀਜ਼ ਯਾਰ ਸਪੋਰਟ ਕਰੋ, ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ ਭਰਾ ਨੂੰ। ਆਪਾਂ ਨੇ ਹੁਣ ਟਰੈਕਰ ਲਾਉਣਾ ਹੈਲੀਕਾਪਟਰ ਦੇ ਵਿੱਚ ਇਹਨਾਂ ਤੋਂ ਬਚ ਕੇ। ਸਪਾਈ ਆਉਣ ਦਾ ਨੀਰੋ ਰਿਸਰਚਰ, ਓਕੇ। ਆਪਾਂ ਨੇ ਹੁਣ ਉਹਦੀ ਜਸੂਸੀ ਕਰਨੀ ਆ, ਉਹਦੀਆਂ ਗੱਲਾਂ ਸੁਣਨੀਆਂ ਨੇ, ਜਿਹੜਾ ਇਹਨਾਂ ਦਾ ਰਿਸਰਚਰ ਆ ਨੀਰੋ ਵਾਲਿਆਂ ਦਾ। ਫੜ ਲਿਆ ਯਾਰ ਇਹਨਾਂ ਨੇ ਆਪਾਂ ਨੂੰ। Thank you.
alive. They're not my boys. Why don't you care? Aren't you a... What do you guys like to call yourselves? Drifters? Don't you kill them, Fenton? Their money, their whatever shit you part of? Yeah, I kill folks, but I don't carve them open while they're still alive and listen to them scream. Did you get my data? Yeah, I got your data. Okay, I'm uploading it now. I'll be in touch. O'Brien out. Brian? O'Brien. ਜਿਹੜਾ ਯਾਰ ਓਬਰਾਇਨ ਆ ਉਹ ਵਧੀਆ ਬੰਦਾ, ਉਹ ਕਿਸੇ ਮਜਬੂਰੀ ਕਰਕੇ ਇਹਨਾਂ ਦੇ ਨਾਲ ਲੱਗਿਆ ਹੋਇਆ, ਜਿਉਂਦੇ ਰਹਿਣ ਲਈ ਹੋ ਸਕਦਾ ਵੀ ਜਿਉਂਦੇ ਰਹਿਣ ਲਈ, ਪਰ ਉਹ ਬੰਦਾ ਵਧੀਆ, ਆਪਣੀ ਮਦਦ ਜਿੰਨੀ ਹੋ ਸਕੇ ਆਪਣੀ ਹੈਲਪ ਕਰ ਰਿਹਾ, ਇਹ ਕੋਈ ਰਿਸਰਚ ਕਰ ਰਹੇ ਨੇ ਇਹਨਾਂ ਦੇ ਉੱਤੇ ਜਿਹੜੇ ਆਪਣੇ ਫਰੀਕਸ ਨੇ। ਹੁਣ ਆਪਾਂ ਲੱਭਣਾ ਲੀਜ਼ਾ ਨੂੰ। ਭੱਜ ਲਓ ਟਾਈਮ ਨਾਲੇ, ਬਹੁਤ ਜ਼ਿਆਦਾ ਨੇ। ਬਹੁਤ ਜ਼ਿਆਦਾ ਨੇ ਯਾਰ ਇਹਦੇ। ਪਹਿਲਾਂ ਭਲੀ ਜਿਹਾ ਲੱਭ ਲਈ ਇਹਨਾਂ ਨੂੰ, ਫਿਰ ਦੇਖਾਂਗੇ। ਉਹ ਯਾਰ ਉਹ ਕੁੜੀ ਨੂੰ ਉਹ ਬਚਾ ਕੇ ਕੈਂਪ ਛੱਡ ਕੇ ਉਹਨੇ, ਉਹ ਫਿਰ ਭੱਜ ਜਾਂਦੀ ਆ। ਇੱਕ ਗੱਲ ਮੈਂ ਹੋਰ ਦੇਖੀ ਹੈ ਗੇਮ ਦੀ, ਇਹਨਾਂ ਨੇ ਨਾ ਜਿਹੜੀਆਂ ਆਪਣੀਆਂ, ਜਦ ਆਪਾਂ ਕਿਸੇ ਕਾਫੀ ਦੂਰ ਜਾਣਾ ਹੁੰਦਾ ਤਾਂ ਇਹਨਾਂ ਨੇ ਉਹ ਚੀਜ਼ ਨੂੰ ਕਵਰ ਕਰਨ ਲਈ ਨਾ ਐਂਬੁਸ਼ ਕੈਂਪ ਬਣਾਏ ਹੋਏ ਨੇ, ਵੀ ਉਹ ਜਿਹੜੇ ਬਾਗੀਆਂ ਦੇ ਕੈਂਪ ਨੇ, ਵੀ ਮੰਨ ਲਾ ਜੀ ਆਪਾਂ ਕਿਲੋਮੀਟਰ 'ਤੇ ਜਾਣਾ ਤਾਂ ਇਹਨਾਂ ਨੇ ਰਾਹ 'ਚ ਆਹ ਦੇਖੋ ਹੁਣ, ਜਿਵੇਂ ਹੁਣ ਇਹਨਾਂ ਨੇ ਰਾਹ 'ਚ ਆਹ ਨੈਟਸ ਲਾ ਤੇ ਵੀ ਬੰਦਾ ਬੋਰ ਨਾ ਹੋਵੇ, ਵੀ ਨਾਲੇ ਗੇਮ ਖੇਡੀ ਜਾਵੇ ਅਤੇ ਨਾਲੇ ਬਾਟ ਲੰਘੀ ਜਾਊਗੀ। ਇੱਥੇ ਹੀ ਅਲੀਜ਼ਾ, ਬਾਈ ਉਹਦੇ ਜ਼ੌਂਬੀ ਬਹੁਤ ਜ਼ਿਆਦਾ ਨੇ। ਥੋੜ੍ਹੀ ਜਿਹੀ ਤੁਹਾਨੂੰ ਦੱਸਿਆ ਨਾ ਔਖੀ ਹੁੰਦੀ ਜਾਣੀ ਆ, ਜਿਵੇਂ ਜਿਉਂ ਅੱਗੇ ਵਧੀ ਜਾਂਦੀ ਆ ਗੇਮ ਟਫ ਹੁੰਦੀ ਜਾਂਦੀ ਆ। ਬਹੁਤ ਖਤਰਾ ਯਾਰ ਇੱਥੇ, ਸਾਰੇ ਪਾਸੇ ਜ਼ੌਂਬੀ ਜ਼ੌਂਬੀ ਨੇ। ਲੀਜ਼ਾ ਮਰਾਊਗੀ ਆਪਾਂ ਨੂੰ। ਬਹੁਤ ਨੇ ਯਾਰ ਇਹ,
ਇੱਥੇ ਆ ਲੀਜ਼ਾ। ਆਹ ਘਰ ਦੇ ਵਿੱਚ ਆ, ਯਾਨੀ ਕਿ ਜਗ੍ਹਾ ਤਾਂ ਇੱਧਰ ਨੂੰ ਦੱਸ ਰਹੀ ਆ, ਬਾਕੀ ਦੇਖਦੇ ਹਾਂ। ਕਈ ਵਾਰੀ ਇੱਥੋਂ ਵੀ ਭੱਜ ਜਾਂਦੀ ਆ। ਫਾਈਂਡ ਦਾ ਵੇ ਇਨ ਟੂ ਦਾ ਹਾਊਸ। ਓਕੇ, ਆਪਾਂ ਅੰਦਰ ਜਾਣ ਦਾ ਰਸਤਾ ਲੱਭਣਾ। ਲੋਕ ਆ ਇਹ ਗੇਟ, ਕੋਈ ਅਜੀਬੋ ਗਰੀਬ ਜਿਹਾ ਰਾਹ ਹੋਊਗਾ ਕੋਈ। ਓਕੇ, ਆ ਗੱਡੀ ਪਿੱਛੇ ਕਰਕੇ ਆਪਾਂ ਥੱਲੇ ਦੀ ਲੰਘਣਾ। ਆਈ ਵਾਂਟ ਟੂ ਫੋਰਗੈਟ, ਇਹਦਾ ਮਤਲਬ ਵੀ ਮੈਂ ਭੁੱਲਣਾ ਚਾਹੁੰਦੀ ਹਾਂ। ਡਰਾਈਵ ਟੂ ਲੋਕੇਸ਼ਨ, ਅੱਛਾ ਇੱਥੋਂ ਚਲੇ ਗਈ ਉਹ, ਆਪਾਂ ਨੂੰ ਨੋਟ ਦੱਸ ਕੇ ਸਾਨੂੰ ਵਸਾ ਗਈ ਇੰਨੇ ਜੰਬੀਆਂ 'ਚ। ਦੱਸ ਜਾਂ ਆਪਾਂ ਨੂੰ ਕਹਿ ਰਹੀ ਆ ਵੀ ਤੂੰ ਭੁੱਲ ਜੇ, ਕੋਈ ਚੱਕਰ ਆ ਯਾਰ, ਉਹ ਆਪਣੇ ਨਾਲ ਰਹਿਣਾ ਨਹੀਂ ਚਾਹੁੰਦੀ। ਸ਼ੁਕਰ ਆ ਯਾਰ, ਸਕ੍ਰੈਪ ਮਿਲ ਗਏ। ਬਾਈ ਬਾਹਰ ਚੱਕਰ ਪੈ ਗਿਆ ਕੋਈ।
ਬਈ ਗੋਲੀਆਂ ਵੀ ਖਤਮ ਹੋ ਗਈਆਂ ਯਾਰ ਆਪਣੀਆਂ ਤਾਂ। ਇੱਥੇ ਪੁਲਿਸ ਦੀਆਂ ਗੱਡੀਆਂ ਹਾਂ ਦੇ ਸਤਾਈ ਗੋਲੀਆਂ ਸਕ੍ਰੈਪ ਵੀ ਦੇ ਦਿਓ ਯਾਰ ਸਾਨੂੰ, ਸਕ੍ਰੈਪ ਵੀ ਸਾਡੇ ਕੋਲ ਜ਼ੀਰੋ ਆ। ਹਾਲੇ ਤਾਂ ਬਾਬਾ ਇੱਕ ਚਲਾਇਆ ਆਪਾਂ ਨੇ, 500 ਨੇ, ਬਹੁਤ ਜੋਂਬੀ ਨੇ ਇੱਥੇ। ਚੱਲ ਆਪਣਾ ਮੇਲੇ ਵੈਪਨ ਬਚਿਆ ਹੋਇਆ, ਉੱਧਰ ਸੀਗਾ ਨੈੱਟ ਸੱਪ ਜਿੱਧਰੋਂ। ਬਈ ਆਹ ਗੱਡੀ ਤਾਂ ਖੋਲਣੀ ਨਹੀਂ, ਅਲਾਰਮ ਕੁਛ ਹੈਗਾ ਇੱਥੇ? ਨੋ, ਆ ਗਿਆ ਨੈਟ। ਬਾਈ 20% ਉਹ ਤੇਰੀ 50 ਹੋ ਗਿਆ। Smell it.
ਹੋਰ ਦੇਖਦੇ ਆ ਅੱਗੇ ਹੋਰ ਹੋਣਗੇ। ਸਕਰੈਪ ਮਿਲ ਜਾਵੇ ਯਾਰ, ਨਹੀਂ ਆਪਣਾ ਵੈਪਨ ਨਾ ਖੋ ਜਾਵੇ, ਆਪਾਂ ਵਰਤਣਾ ਹੀ ਨਹੀਂ ਇਹਨੂੰ। ਉਰੇ ਤਾਂ ਆਪਾਂ ਆਏ ਸੀਗੇ, ਇੱਥੇ ਤਾਂ ਕੁਛ ਨਹੀਂ ਹੈਗਾ। ਬਈ ਉਹ ਦੇਖੋ ਕਿੰਨੇ ਜ਼ੌਂਬੀ, ਬੱਲੇ ਬੱਲੇ ਬੱਲੇ, ਇੱਥੇ ਆ ਖਤਰਾ। ਲਈਏ ਪੰਗਾ ਫਿਰ, ਪਰ ਇਹਨੂੰ ਮਾਰ ਦੇ ਨਹੀਂ ਪੰਗਾ ਪਾਊਗਾ ਕੋਈ। ਇੱਕ ਚੀਕ ਜੀ ਮਾਰ ਦਿੰਦਾ ਸਾਰੇ ਪੈ ਜਾਂਦੇ ਨੇ। ਚੱਲ ਪਿਆ ਕੰਮ, ਉਹ ਯਾਰ ਇਹਦਾ ਬਹੁਤ ਨਿਕਲਿਆ, ਇੰਨੇ ਤਾਂ ਹੈ ਨਹੀਂ ਸੀ। ਓਏ ਹੋਏ ਫਸ ਲਿਆ ਯਾਰ, ਗੋਲੀਆਂ ਨਹੀਂ ਸੀ ਇੰਨੀਆਂ ਆਪਣੇ ਕੋਲ ਯਾਰ, ਗੋਲੀਆਂ ਘੱਟ ਨੇ, ਗੋਲੀਆਂ ਪੂਰੀਆਂ ਕਰਕੇ ਫਿਰ ਪੱਗਾਂ ਲੈਂਦੇ ਇਹਨਾਂ ਨਾਲ। ਇੱਕ ਗਲਤੀ ਹੋ ਗਈ, ਆਪਾਂ ਦੂਆ ਬੰਬ ਸਿੱਟਣਾ ਸੀਗਾ ਅਟਰੈਕਸ਼ਨ ਵਾਲਾ। ਉਹ ਇਹੋ ਜਿਹੀ ਆਵਾਜ਼ ਕਰਦਾ, ਇਹਨਾਂ ਨੂੰ ਪਸੰਦ ਆ, ਸਾਰੇ ਉਹਨੂੰ ਪੈ ਜਾਂਦੇ ਆ। ਹਾਂ ਦੇ ਆਹ ਬੰਬ ਸਿੱਟਾਂਗੇ ਹੁਣ ਆਪਾਂ, ਫਿਰ ਇਹਨਾਂ ਨਾਲ ਲੈਂਦੇ ਹਾਂ ਵੰਗਾ। ਆਪਾਂ ਕਿੱਥੇ ਨੂੰ ਅੱਛੇ ਹਾਂ, ਮੈਨੂੰ ਲੱਗਦਾ ਯਾਰ ਆਪਾਂ ਬਹੁਤ ਪਿੱਛੇ ਚਲੇ ਗਏ। ਇਹਦਾ ਆਪਾਂ ਉੱਥੇ ਆ ਗਏ ਜਿੱਥੇ ਆਪਾਂ ਨੂੰ ਨੋਟ ਮਿਲਿਆ ਸੀ ਸਾਰਾ ਦਾ, ਸਾਰਾ ਗਾ ਤਾਂ ਸੋਰੀ ਲੀਜ਼ਰ ਦਾ। ਲੈ ਬਈ ਹਾਲੇ ਤਾਂ ਜੀਰੋ ਨੈਟਸ ਕਲੀਅਰ ਦੱਸਦਾ ਇਹ। ਖੁਦਕੁਸ਼ੀ ਇੱਧਰ ਨੂੰ ਜਾਣਾ ਗਾ,
ਮੈਂ ਤਾਂ ਕਹਿੰਦਾ ਯਾਰ ਕਿਉਂ ਪੰਗਾ ਲੈਣਾ ਉਹਨਾਂ ਨਾਲ, ਚੱਲ ਦੇਖਦੇ ਹਾਂ ਇੱਕ ਵਾਰੀ ਪੰਗਾ ਲੈ ਕੇ ਫਿਰ ਦੇਖਾਂਗੇ, ਫਿਰ ਵੀ ਅਗਲੇ ਐਪੀਸੋਡ 'ਚ ਬਣਾਵਾਂਗੇ। ਭੱਜ ਲੇ, ਲਵਾਂਗੇ ਪੰਗਾ, ਕੋਈ ਨਹੀਂ ਆ ਕੇ ਲੈਂਦੇ ਹਾਂ ਮਿੱਤਰੋ ਤੁਹਾਡੇ ਨਾਲ ਪੰਗਾ। ਉਰੇ ਰੋਕਦੇ ਹਾਂ, ਪੰਗਾ ਲੈ ਬਿਨਾਂ ਤਾਂ ਤੁਹਾਡੇ ਨਾਲ ਜਾਣਾ ਨਹੀਂ ਅਸੀਂ। ਉਤੇਰੀ ਚੱਲ ਠੀਕ ਆ ਯਾਰ ਮਿੱਤਰ, ਹੁਣ ਕੱਲ੍ਹ ਨੂੰ ਬਣਾਵਾਂਗੇ ਐਪੀਸੋਡ, ਕੱਲ੍ਹ ਨੂੰ ਲੈਂਦੇ ਇਹਨਾਂ ਨਾਲ ਪੰਗਾ ਆ ਕੇ, ਅੱਜ ਇੰਨਾ ਹੀ ਬਹੁਤ ਆ ਯਾਰ, ਮੈਨੂੰ ਥੋੜ੍ਹਾ ਜਿਹਾ ਕੰਮ ਆ, ਮੈਂ ਕਰ ਲਵਾਂ। ਠੀਕ ਆ ਗਾਇਜ਼, ਮਿਲਦੇ ਹਾਂ ਫਿਰ ਕੱਲ੍ਹ ਨੂੰ। ਓਕੇ ਗਾਇਜ਼, ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ, ਸਬਸਕ੍ਰਾਈਬ ਜ਼ਰੂਰ ਕਰੋ ਯਾਰ, ਹੋਰ ਦੇਖਾਂ ਇੰਟਰਸਟਿੰਗ ਹੋਰ ਵਧੀ ਜਾਂਦਾ ਇਹਦਾ, ਆਪਾਂ ਕੋਈ ਨਹੀਂ ਇਹਨਾਂ ਨੂੰ ਕੱਲ੍ਹ ਨੂੰ ਦੇਖਦੇ ਹਾਂ। ਓਕੇ ਗਾਇਜ਼, ਬਾਏ।